ਦੇਖੋ ਸਰਕਾਰਾਂ ਕੰਮ ਕਰਦੀਆਂ ਹੁੰਦੀਆਂ, ਡਿਊਟੀ ਹੁੰਦੀ ਹੈ, ਕੋਈ ਕਿਸੇ ਦੇ ਆਸਾਨ ਨਹੀਂ ਕਰਦਾ ਜੇ ਸਰਕਾਰ ਕਿਸੇ ਦਾ ਕੋਈ ਕੰਮ ਕਰਦੀ ਹੈ। ਪਰ ਮੈਂ ਹੁਣ ਦੇਖ ਹੀ ਰਿਹਾ ਸੀ ਜੋਗਿੰਦਰ ਪਾਰਕ ਦੇ ਇੱਧਰਲੇ ਪਾਸੇ ਆਪਣਾ ਰੋਜ਼ ਗਾਰਡਨ ਦੇ ਪਿਛਲੇ ਪਾਸੇ ਕਿੰਨੇ ਸੋਹਣੇ ਫੁਹਾਰੇ ਲੱਗੇ ਆ, ਹੋਰ ਹੈ ਉਹ ਬੱਚੇ ਕ੍ਰਿਕਟ ਖੇਡ ਰਹੇ ਆ, ਕਿਉਂ ਨਾ ਉਹਦੇ 'ਚ ਫੁਹਾਰੇ ਠੀਕ ਕਰਕੇ ਕਿੰਨਾ ਟਾਈਮ ਅਤੇ ਕਿੰਨਾ ਕੰਮ ਹੈ ਉਹ। ਪਰ ਥੋੜ੍ਹੀ ਜਿਹੀ ਦਿਲਚਸਪੀ ਲੈਣ ਦੀ ਲੋੜ ਹੁੰਦੀ ਹੈ, ਦਿਲਚਸਪੀ ਲਿੱਤੀ ਜਾਵੇ ਤਾਂ ਇਹਨੂੰ ਹੋਰ ਅਤਿ ਸੁੰਦਰ ਬਣਾਇਆ ਜਾ ਸਕਦਾ। ਇਹ ਜੇ ਕੋਈ ਹੋਰ ਕਿਤੇ ਪਾਰਕ, ਕਿਉਂਕਿ ਦੇਖੋ ਹਰ ਕੋਈ ਤਾਂ ਇੰਨੀ ਦੂਰ ਕਈ ਵਾਰ ਨਹੀਂ ਆ ਸਕਦਾ, ਕਈ ਬਜ਼ੁਰਗ ਹੁੰਦੇ ਨੇ ਉਹਨਾਂ ਦੇ ਘਰ ਦੇ ਕੋਲੇ ਕੋਈ ਇਹੋ ਜਿਹੀ ਜਗ੍ਹਾ ਹੋਵੇ। ਮੈਂ ਦੇਖਿਆ ਕੂੜਿਆਂ ਦੇ ਢੇਰ ਲੱਗੇ ਨਹੀਂ, ਫਿਰ ਤੁਸੀਂ ਕਦੇ ਕਦੇ ਸੋਚਿਆ ਨੀ ਕਿ ਤਾੜੀ ਤਾੜੀ ਕੰਪੀਟੀਸ਼ਨ ਕਰਾਉਂਦੀ ਹੈ? ਹੋਰ ਬਾਊ ਜੀ ਠੀਕ ਹੋ?